ਦੇ ਵਿੱਚ ਜੀਐਸ ਟੈਕਸ ਔਰ ਗੁਰੂ ਕਿਰਪਾ ਟੈਕਸ ਦੇ ਸਿਰੇ ਸ਼ਾਰਟ ਸਰਕਟ ਕਰਕੇ ਅੱਗ ਲੱਗੀ ਪਰ ਬਾਜ਼ਾਰ ਦੇ ਸੂਝਵਾਨ ਭਰਾਵਾਂ ਨੇ ਕਰਕੇ ਇਸ ਅੱਗ ਤੇ ਕਾਬੂ ਪਾ ਲਿੱਤਾ ਗਿਆ ਪਰ ਥੋੜ੍ਹੀ ਦੇਰ ਬਾਅਦ ਹੀ ਫਾਇਰ ਬ੍ਰਿਗੇਡ ਦੀ ਗੱਡੀ ਵੀ ਆ ਗਈ ਜਿਹਦੇ ਨਾਲ ਜੇ ਕੋਈ ਥੋੜ੍ਹਾ ਬਹੁਤਾ ਨੁਕਸਾਨ ਹੋਇਆ ਉਹਨੂੰ ਜਲਦ ਤੋਂ ਜਲਦ ਕਵਰ ਕਰ ਦਿੱਤਾ ਗਿਆ ਮੈਂ ਫਾਇਰ ਬ੍ਰਿਗੇਡ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ मौके के उत्ते नाल ही साढ़े इलाके के पार्षद और सत्कारयोग श्री शहरी चड्डा जी और करण पाठक जी भी उत्थे पहुँच गए और उन्होंने भी बहुत आके इतने व्यापारियों भरावान की मदद की है। मैं उन्हों का बहुत बहुत धन्यवाद करता सर। पता लगे कि नुकसान होया? नहीं भाजी, कोई बहुत नुकसान नहीं होया। बाजार की सूझवान भरावान की देखरेख के उन्होंने एक दूसरे की मदद करके सारा समान जल्दी तो जल्दी चुक लेता। कोई ज्यादा नुकसान नहीं होया सर? कोई जानी नुकसान वगैरह नहीं? नहीं कोई ऐसा नहीं देखा। जब रस्ते में काफी ट्रैफिक लगा हुआ है, इसका टाइम गेट लगा के आता कि उधर करके सब कोई दिक्कत नहीं है? नहीं नहीं कोई भाजी ऐसा नहीं, कोई पोजीशन नहीं है। 5-7 मिनटों के बीच ही गड्डी आ गई, 5-7 मिनटों की गड्डी आ गई। उसका सब तो बड़ा फायदा यह रहा कि आज शेखा मजार बंद सेगा उसके करके जल्द से जल्द गड्डी आ गई, जिसके नाल जल्दी अग बुझाने के लिए बहुत फायदा। सूझवान भरावान ने सारा बाजार फटाफट क्लीयर करा दिता, कोई भी उन्होंने फायर ब्रिगेड गड्डी आने कोई प्रॉब्लम नहीं। सर की नाम अपना जी? मेरा नाम रमन कुमार है जी, मैं इस एरिए का प्रेजिडेंट। ਭਾਜੀ ਕੀ ਨਾਮ ਕੀ ਆਪਣਾ? ਮੇਰਾ ਨਾਮ ਨਿਤਿਨ ਆ ਭਾਜੀ, ਨਿਤਿਨ ਅਰੋੜਾ। ਭਾਜੀ ਕਾਲ ਕੇ ਕਿੱਥੇ ਲੱਗੀ ਤੇ ਕਿੰਨੇ ਵਜੇ ਲੱਗੀ? ਇਹ ਭਾਜੀ ਰਜੇਸ਼ ਟੈਕਸਟਾਈਲ ਫਰਮ ਹੈ, ਇਹ ਮੇਰੇ ਵੱਡੇ ਬ੍ਰਦਰ ਦੀ ਸ਼ਾਪ ਹੈ ਤੇ ਇੱਥੇ ਹੁਣੇ ਸਾਨੂੰ ਅੱਧਾ ਘੰਟਾ ਪਹਿਲਾਂ ਹੀ ਪਤਾ ਲੱਗਾ ਕਿ ਇੱਕਦਮ ਅੱਗ ਲੱਗ ਰਹੀ ਹੈ। ਬਾਹਰੋਂ ਦੇਖ ਕੇ ਪਤਾ ਲੱਗਾ, ਇੱਕਦਮ ਦੌੜੇ ਆਏ ਆ ਉੱਪਰ ਤੇ ਮਾਲ ਦਾ ਕਾਫੀ ਥੋੜਾ ਜਿਹੜਾ ਸਾਡੇ ਕੋਲ ਸੰਭਲਿਆ ਗਿਆ ਸੰਭਲਾਇਆ ਗਿਆ, ਬਾਕੀ ਕਾਫੀ ਨੁਕਸਾਨ ਹੋਇਆ ਪਰ ਅਜੇ ਅਸੀਂ ਐਸਟੀਮੇਟ ਨਹੀਂ ਦੱਸ ਸਕਦੇ ਕੀ ਨੁਕਸਾਨ ਹੋਇਆ, ਪਰ ਜੋ ਹਾਲਾਤ ਨਜ਼ਰ ਆਉਂਦੇ ਇੱਕ ਵਾਰੀ ਤੇ ਲੱਗਦਾ ਹੈ ਕਿ ਕਾਫੀ ਨੁਕਸਾਨ ਹੈ। ਕਿੰਨੇ ਕੁ ਦਾ ਟਾਈਮ ਸੀਗਾ ਅੱਗ ਲੱਗਣ? ਟਾਈਮ 12:30 ਤੇ ਟਾਈਮ ਭਾਜੀ ਕੋਈ 12:15-12:30 ਦੇ ਕਰੀਬ ਦਾ ਟਾਈਮ ਸੀਗਾ। ਤੇ ਫਾਇਰ ਬ੍ਰਿਗੇਡ ਨੂੰ ਕੋਈ ਆਣ ਚ ਦਿੱਕਤ ਨਹੀਂ ਹੋਈ? ਉਹ ਮੌਕੇ ਤੇ ਪਹੁੰਚ ਗਈ ਸੀ? ਹਾਂਜੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਗਈ ਪਰ ਉਹਨਾਂ ਨੂੰ ਆਣ ਤੇ 10-15 ਮਿੰਟ ਲੱਗ ਗਏ, ਪਰ ਉਦੋਂ ਤੱਕ ਤੇ ਕਾਫੀ ਹੱਦ ਤੱਕ ਨੁਕਸਾਨ ਹੋ ਚੁੱਕਾ ਸੀ। ਤੇ ਜਿਹੜੇ ਤੁਹਾਡੇ ਮਾਰਕੀਟ ਦੇ ਵਿੱਚ ਫਾਇਰ ਬ੍ਰਿਗੇਡ ਦੀ ਕੋਈ ਤੁਸੀਂ ਦੁਕਾਨ ਦੇ ਉੱਤੇ ਕੋਈ ਰੱਖਿਆ ਨਹੀਂ ਹੋਇਆ ਕਿ ਜਦੋਂ ਅੱਗ ਲੱਗ ਜਾਏ ਕੋਈ ਫਟਾਫਟ ਉਹਨੂੰ ਅੱਗ ਬੁਝਾਉਣ ਲਈ? ਨਹੀਂ ਸਰ, ਇਦਾਂ ਹੈ ਕਿ ਉਸ ਟਾਈਮ ਖਤਮ ਸੀ, ਉਹ ਬਲੌਕ ਹੋਇਆ ਪਾਣੀ ਕੀ ਮਾਰਕੀਟ ਦੀ ਪ੍ਰੋਬਲਮ ਹੈ। ਐਕਚੁਅਲੀ ਮੇਰਾ ਮੈਂ ਇਧਰੋਂ ਨਿਕਲਿਆ ਹੀ ਸੀ ਹਜੇ ਤੇ ਇਕਦਮ ਮੈਂ ਦੇਖਿਆ ਤੇ ਨਾਲ ਹੀ ਮੈਂ ਦੌੜਦਾ ਅੰਦਰ ਆਇਆ ਤੇ ਉਸ ਤੋਂ ਬਾਅਦ ਹੀ ਸਾਰੀ ਕਾਰਵਾਈ ਹੋਈ, ਜਿੰਨਾ ਕਿਸੇ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਉਹ ਆਈ ਹੈ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਜੀ, ਮਾਲ ਦਾ ਕਾਫੀ ਨੁਕਸਾਨ ਹੋਇਆ। ਪ੍ਰੋਪਰ ਐਸਟੀਮੇਟ ਨਹੀਂ ਪਤਾ ਲੱਗ ਪਾ ਰਿਹਾ? ਪ੍ਰੋਪਰ ਐਸਟੀਮੇਟ ਹਜੇ ਤੇ ਬੜੀ ਮੁਸ਼ਕਲ, ਆਪ ਹੀ ਨਹੀਂ ਸੰਭਲ ਪਾ ਰਹੇ ਪ੍ਰੋਪਰ ਐਸਟੀਮੇਟ ਤੇ, ਥੋੜੀ ਦੇਰ ਤੱਕ ਹੀ ਪਤਾ ਲੱਗੇਗਾ ਕੀ ਹੋਇਆ। ਇਹ ਦੁਕਾਨ ਹੈ ਕਿੱਥੇ? ਇਹ ਪੀਰ ਬੋਲਾ ਬਾਜ਼ਾਰ 'ਚ ਸਰ। ਹਾਂਜੀ ਸਰ, ਅੱਗ ਕਿੱਥੇ ਲੱਗੀ ਆ? ਦੇਖੋ ਬਾਜ਼ਾਰ ਦੇ ਵਿੱਚ ਤੰਗ ਬਾਜ਼ਾਰ ਆ ਜਿੱਥੇ ਅਸੀਂ ਅੱਜ ਖੜੇ ਹਾਂ, ਇਸ ਬਾਜ਼ਾਰ ਦੇ ਵਿੱਚ ਅੱਗ ਲੱਗੀ ਹੈ ਇਸ ਦੁਕਾਨ ਨੂੰ। ਅਸੀਂ ਬੜੀ ਮਤਲਬ ਜਦੋਂ ਕਰਕੇ ਅਸੀਂ ਐਂਟਰੀ ਕਰ ਆਏ ਹਾਂ ਕਿਉਂਕਿ ਇੱਥੇ ਸਕੂਟਰ ਵੀ ਸਾਈਡਾਂ ਦੇ ਵਿੱਚ ਖੜੇ ਦਿੱਕਤ ਆਈ ਆ ਹਜੇ, ਅਤੇ ਸਭ ਤੋਂ ਛੋਟੀ ਗੱਡੀ ਸਾਡੀ ਟਾਟਾ ਸੁਪਰ ਆਪਣਾ 407 ਆ, ਜਿਹੜੀ ਟਾਟਾ 407 ਆ ਉਹਨੂੰ ਆਉਣ 'ਚ ਦਿੱਕਤ ਹੋਈ ਹੈ। ਸਭ ਤੋਂ ਛੋਟੀ ਗੱਡੀ ਫਾਇਰ ਬ੍ਰਿਗੇਡ ਵਿੱਚ ਇਹ, ਇਸ ਤੋਂ ਛੋਟੀ ਗੱਡੀ ਹੈਗੀ ਆ ਉਹ 'ਚ ਪਾਣੀ ਦੀ ਸਮਰੱਥਾ 1000 ਲੀਟਰ ਹੈਗੀ ਹੈ, ਉਹ ਹੈਗੀ ਆ ਟਾਟਾ ਸੁਪਰ ਇਸ ਛੋਟਾ ਹਾਥੀ। ਬਾਕੀ ਇਸ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਹਰ ਦੁਕਾਨਦਾਰ ਫਾਇਰ ਐਕਸਟਿੰਗੁਇਸ਼ਰ ਜ਼ਰੂਰ ਰੱਖੇ ਕਿਉਂਕਿ ਫਾਇਰ ਬ੍ਰਿਗੇਡ ਨੂੰ ਪਹੁੰਚਣ 'ਚ ਜਿਸ ਤਰ੍ਹਾਂ ਅੱਜ ਤੇ ਦਿਨ ਦਾ ਟਾਈਮ ਸੀ ਅਤੇ ਕੁਝ ਐਤਵਾਰ ਦਾ ਵੀ ਦਿਨ ਹੈ, ਕਾਫੀ ਦੁਕਾਨਾਂ ਬੰਦ ਸੀਗੀਆਂ, ਰਸ਼ ਨਹੀਂ ਸੀਗਾ ਮਿਲਿਆ, ਫਿਰ ਵੀ ਪਹੁੰਚਣ 'ਚ ਟਾਈਮ ਲੱਗ ਰਿਹਾ ਤਾ। ਅਤੇ ਹਾਂਜੀ ਸਰ, ਦੁਕਾਨ ਕਾਹਦੀ ਦੁਕਾਨ ਸੀਗੀ ਤੇ ਕਿੰਨਾ ਟਾਈਮ ਲੱਗਾ? ਮੁੱਖ ਨੇ ਦੇਖਿਆ ਹੈਗਾ ਵਾ ਦੁਕਾਨ ਦਾ, ਤੁਸੀਂ ਕੌਂਟਾ ਸ਼ਰਟਾਂ ਦੀ ਦੁਕਾਨ ਹੈਗੀ ਹੈ ਤੇ ਤੁਸੀਂ ਦੇਖ ਲਿਆ ਹੈਗਾ ਕਿਸ ਤਰ੍ਹਾਂ ਸਾਡੇ ਬੰਦਿਆਂ ਨੇ ਜਦੋਂ ਜਦੋਂ ਕਰਕੇ ਬਹੁਤ ਜਲਦੀ ਕਾਬੂ ਕਰ ਲਿਆ। ਇਹ ਸਾਰੀ ਮਾਰਕੀਟ ਕੱਪੜੇ ਦੀ ਮਾਰਕੀਟ ਆ, ਜੇਕਰ ਕਿਤੇ ਕੋਈ ਅੱਗ ਵੱਧ ਜਾਂਦੀ ਤੇ ਸਾਹਮਣੇ ਬਹੁਤ ਜ਼ਿਆਦਾ ਨੁਕਸਾਨ। ਸਰ ਕਿੰਨੀਆਂ ਗੱਡੀਆਂ ਲੱਗੀਆਂ? ਮੈਂ 2 ਗੱਡੀਆਂ ਲੈ ਕੇ ਆਇਆ ਸੀ ਲੇਕਿਨ 1 ਗੱਡੀ ਦਾ ਹੀ ਕੰਮ। ਕਿੰਨਾ ਟਾਈਮ ਲੱਗ ਗਿਆ ਅੱਗ ਬੁਝਾਉਣ? ਅੱਗ ਬੁਝਾਉਣ ਦੇ ਵੀ ਸਾਡੀ 5-10 ਮਿੰਟ ਦਾ ਹੀ। ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਕੋਈ ਨੁਕਸਾਨ ਨਹੀਂ। ਕਿੰਨਾ ਕੁ ਨੁਕਸਾਨ ਹੋਇਆ ਲੱਗਿਆ? ਫਿਰ ਇਹ ਦੁਕਾਨ ਦਾ ਦੱਸੋ ਜੀ ਆਪਣਾ ਐਸਟੀਮੇਟ। ਨਾਮ ਕੀ ਹੈ ਤੁਹਾਡੇ? ਹਾਂਜੀ ਨਾਮ ਕੀ ਹੈ? ਰਜਿੰਦਰ ਸ਼ਰਮਾ, ਫਾਰਮ ਸੀ।